गाली क्यों दे रहा है, गाली क्यों दे रहा है, कौन करता गाली में लग जाती, कौन करता उसे ला सके लेके बोले तो क्या करके गए तुम सब। मैं नहीं जाने वाला था भाई, कैमरे में आ गया, लेके तो आए हो ना कुछ तो लेके खिला के लायो। कैमरे में चल रहा है उधर, कैमरे में चल रहा है उनका बेटा, कैमरे में लेके तो तुम आए हो ना, लेके आप आए हो ना, लेके तो आप आए। मैं फोन का पुलिस वाले को बुलाया, लेके आप आए हो ना, कौन सी पुलिस, कौन सी थाने से आई है पुलिस, मेरा कोई नहीं। शकी हालातां च होई नौजवान दी मौत, सोरे घर गया सी पत्नी नूं मिलन, बेहोश दस के छड गए नौजवान दी लाश। दस दिए कि एक नौजवान दी शकी हालातां दे विच मौत होई है, जिथे मृतक दे परिवार ने दस्या कि इसकी पत्नी पेके गई हुई सी ते इह उसनूं मिलन उत्थे गया सी, तां हुण उसदे सोरे वाले इसनूं बेहोश दस के छड गए, पर उसकी मौत हो चुकी सी, जिसनूं लैके ਛੱਡਣ ਆਏ ਮੁੰਡਿਆਂ ਨੂੰ ਪਰਿਵਾਰ ਦੇ ਲੋਕਾਂ ਨੇ ਮੌਕੇ ਤੇ ਹੀ ਫੜ ਲਿਆ ਤੇ ਇਸ ਸੰਬੰਧੀ ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਪੂਰਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਇਸਦੀ ਪਤਨੀ ਦੇ ਨਾਲ ਇਸਦਾ ਕਲੇਸ਼ ਰਹਿੰਦਾ ਸੀ ਤੇ ਉਸਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਦੇ ਨਾਲ ਨਜਾਇਜ਼ ਸੰਬੰਧ ਨੇ। ਤਾਂ ਕਲੇਸ਼ ਕਾਰਨ ਉਸਦੀ ਪਤਨੀ ਕੁਝ ਦਿਨਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ, ਤਾਂ ਅੱਜ ਸਵੇਰੇ ਉਹ ਉਸਨੂੰ ਪੇਕੇ ਘਰ ਲੈਣ ਗਿਆ ਸੀ, ਤਾਂ ਕਰੀਬ ਡੇਢ ਘੰਟੇ ਬਾਅਦ ਜਦੋਂ ਉਸਦੇ ਮਾਮੇ ਦੇ ਪਰਿਵਾਰ ਵਾਲੇ ਉਸਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਘਰ ਲੈ ਕੇ ਆਏ ਤਾਂ ਪਤਾ ਲੱਗਿਆ ਕਿ ਉਸਦੀ ਮੌਤ ਹੋ ਚੁੱਕੀ ਹੈ। ਤਾਂ ਮ੍ਰਿਤਕ ਦੀ ਪਛਾਣ ਦੱਸ ਦਈਏ ਕਿ ਪੰਕਜ ਵਜੋਂ ਹੋਈ ਹੈ, ਜਿਸਦੇ ਕਿ ਤਿੰਨ ਬੱਚੇ ਨੇ, ਜਿਸਦੇ ਵਿੱਚ ਦੋ ਬੇਟੀਆਂ ਅਤੇ ਇੱਕ ਬੇਟਾ ਹੈ। ਤਾਂ ਦੱਸ ਦਈਏ ਕਿ ਪੰਕਜ ਦੇ ਵਿਆਹ ਨੂੰ ਕਰੀਬ 8 ਸਾਲ ਪੂਰੇ ਹੋ ਚੁੱਕੇ ਨੇ, ਤਾਂ ਉਸਦੇ ਭਰਾ ਨੇ ਵੀ ਦੱਸਿਆ ਕਿ ਪੰਕਜ ਨੇ ਆਪਣੀ ਪਤਨੀ ਨੂੰ ਇੱਕ ਨੌਜਵਾਨ ਦੇ ਨਾਲ ਗੱਲ ਕਰਦੇ ਹੋਏ ਵੀ ਫੜ ਲਿਆ ਸੀ, ਇਸ ਕਾਰਨ ਉਹਨਾਂ ਦਾ ਆਪਸ ਦੇ ਵਿੱਚ ਵਿਵਾਦ ਰਹਿੰਦਾ ਸੀ। ਦੇ ਨਾਲ ਹੀ ਉਸਨੇ ਦੱਸਿਆ ਕਿ ਉਸਦੇ ਸਹੁਰਿਆਂ ਦੇ ਵੱਲੋਂ ਉਸਨੂੰ ਕੁੱਟਿਆ ਵੀ ਗਿਆ ਅਤੇ ਉਸਨੂੰ ਜ਼ਹਿਰੀਲੀ ਚੀਜ਼ ਖੁਆ ਕੇ ਮਾਰ ਦਿੱਤਾ। ਜਦੋਂ ਪੰਕਜ ਦਾ ਜੀਜਾ ਉਸਨੂੰ ਘਰ ਛੱਡਣ ਆਇਆ ਤਾਂ ਉਹ ਉਸਨੂੰ ਪੌੜੀਆਂ ਕੋਲ ਛੱਡ ਕੇ ਭੱਜ ਰਿਹਾ ਸੀ, ਜਿਸ ਨੂੰ ਕਿ ਲੋਕਾਂ ਦੇ ਵੱਲੋਂ ਕਾਬੂ ਕਰ ਲਿਆ। ਇਸ ਕਾਰਨ ਉਹਨਾਂ ਨੂੰ ਸ਼ੱਕ ਹੈ ਕਿ ਉਸਦੇ ਭਰਾ ਦਾ ਕਤਲ ਇਹਨਾਂ ਵੱਲੋਂ ਹੀ ਕੀਤਾ ਗਿਆ। ਤਾਂ ਫਿਲਹਾਲ ਪੰਕਜ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਮੋਰਚਰੀ ਦੇ ਵਿੱਚ ਰੱਖਵਾ ਦਿੱਤਾ ਹੈ ਅਤੇ ਉਹਨਾਂ ਕਿਹਾ ਕਿ ਇਸ ਸੰਬੰਧੀ ਅਸੀਂ ਪੁਲਿਸ ਨੂੰ ਵੀ ਮਾਮਲਾ ਦਰਜ ਕਰਵਾਵਾਂਗੇ। ਇਹ ਸਵੇਰੇ ਦਿਆ ਥਾ ਆਪਣੇ ਸਸੁਰਾਲ, ਵਹਾਂ ਪੇ ਪਤਾ ਨਹੀਂ ਕਿਆ ਥਿਲਾਏ ਪਿਲਾਏ, ਇਸ ਤੇ ਭਾਈ ਲਿਆ ਤੇ ਛੋੜੇ ਹਾਂ ਵੀ ਦੁਪਹਿਰ ਮੈਂ 8 ਵਜੇ ਤੇ ਤਰੀਮ ਮੈਂ ਉਸੀ ਟਾਈਮ ਸੇ ਹਸਪੀਟਲ ਲੇਤੇ ਹੈ, ਫਿਰ ਯਹਾਂ ਡੈਡ ਹੋ ਗਏ ਭਾਈ। ਤੋ ਤੁਮਕੋ ਸ਼ੱਕ ਹੈ ਕਿ ਭਾਈ ਕੇ ਸਸੁਰਾਲ? ਹਾਂਜੀ ਪੂਰਾ ਸੱਤ ਹੈ, ਉਸ ਤੇ ਸਸੁਰਾਲ ਵਾਲੇ ਬੋਲ ਰਹੇ ਤੇ 4 ਦਿਨ ਸੇ। ਤੋ ਅਭੀ ਜਬ ਤੁਮ ਜੇ ਇਹ ਲੜਾਈ ਹੋਈ ਕਹਾਂ ਪੇ ਹੋਈ? ਇਹ ਘਰ ਪੇ ਹੋਈ ਹੈ ਉਨਤੀ, ਉਹ ਤਬ ਦੇ ਥਾ ਡੈਡ ਹੋਣੇ ਵਾਲਾ ਲਿਆ ਤੇ ਹਮਾਰੇ ਘਰ ਪੇ ਛੋੜ ਦਿਆ, ਛੋੜ ਦੇ ਭੱਜ ਦੇ ਹੋ। ਜਬ ਤੁਮਾਰੇ ਘਰ ਪੇ ਇਸਕੋ ਛੋੜ ਕੇ ਕੌਣ ਗਿਆ ਥਾ? ਉਸ ਦਾ ਭਾਈ ਛੋੜ ਦੇ ਦਿਆ ਹੈ। ਮਤਲਬ ਸਾਲਾ? ਹਾਂਜੀ ਸਾਲਾ ਉਸਦਾ। ਅੱਛਾ ਕੀ ਨਾਮ ਹੈ ਉਸਕਾ ਜੋ ਛੋੜ ਕੇ ਗਿਆ ਥਾ? ਅਰਜੁਨ। ਅਰਜੁਨ ਛੋੜ ਕੇ ਗਿਆ ਥਾ, ਉਸਕੇ ਸਾਥ ਮੇਂ ਕੌਣ ਥਾ? ਹਾਂਜੀ ਉਸਕੇ ਸਾਥ ਮੇਂ ਕੌਣ ਥਾ? ਉਸਦਾ ਦੋਸਤ ਯਾਰ ਥਾ। ਅੱਛਾ ਤੋ ਐਕਟਿਵਾ ਮੈਂ ਮੌਕੇ ਪੇ ਡੈਥ ਹੋ ਗਈ ਥੀ? ਹਾਂਜੀ ਮੌਤ। ਇਹ ਕਿਤਨੇ ਵਜੇ ਕੀ ਬਾਤ ਹੈ? ਇਹ 1:30 ਵਜੇ ਤਰੀਮ ਮੈਂ, ਇਹ 1:30 ਵਜੇ ਤਰੀਮ। ਕੀ ਮੰਗ ਕਰਦੇ ਹੋ? ਹਾਂ ਮੰਗ ਕਰਦੇ ਨੇ ਸਜ਼ਾ ਜਾਈ ਪੂਰੀ। ਕਿਤਨੇ ਬੱਚੇ ਹੈ ਇਸਕੇ? 3 ਬੱਚੇ ਹੈ। ਤੀਨ